Jordi.
ਸੱਚਖੰਡ ਨੌਨਿਤ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਥਾਲ ਬਾਬਾ ma ba ga ma ga re ga ma ba da ba ma ba ga ma ga ga ma re ga ma ba da ba ma ba ni 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 da ba da ma ba ni 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 da ba da ma ba ni 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 da ba ni da ni da re ni da ni da re ni da ni 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 da 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 ba da da ma 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 ga 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 re 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 za za ni za ga ni re za ni re za bacho guru gopa
ਸੀ ਜੀ ਠੁਮਰੀ ਅੰਗ ਜੋ ਕਿ ਬੜੇ ਵਜਦ ਵਿੱਚ ਗਾਇਆ ਜਾਂਦਾ ਹੈ। ਪੁਰਾਣੇ ਰਾਗੀ ਭਾਈ ਜਸਾਪਾਲਾ ਗੁਰਮੁਖ ਸਰਮੁਖ ਭਾਈ ਸਮੁੰਦ ਸਿੰਘ ਜੀ ਪੁਰਾਣੇ ਰਾਗੀ ਇਹ ਕਵਾਲੀ ਅੰਗ ਵੀ ਗਾਉਂਦੇ ਸਨ। ਸਨਮਾਨਯੋਗ ਸਾਡੇ ਪਿਤਾ ਜੀ ਗਿਆਨੀ ਕ੍ਰਿਸ਼ਨ ਸਿੰਘ ਸ਼ਾਂਤ ਜੀ ਉਹਨਾਂ ਨੇ ਸਾਨੂੰ ਸਾਰੀ ਇਹ ਸ਼ਿਕਸ਼ਾ ਦਿੱਤੀ ਹੈ, ਉਸਤਾਦਾਂ ਕੋਲੋਂ ਵੀ ਪ੍ਰਾਪਤ ਕੀਤੀਆਂ। ਉਹਨਾਂ ਦਾ ਸਟਾਈਲ, ਉਹਨਾਂ ਦਾ ਅੰਗ ਸਾਡੇ ਦਿਲ ਦਿਮਾਗ ਵਿੱਚ ਰਹਿੰਦਾ ਹੈ, ਉਹ ਕਿਸ ਤਰ੍ਹਾਂ ਗਾਉਂਦੇ ਸਨ। ਅਤੇ ਸੰਤ ਬਾਬਾ ਸੁਜਾਨ ਸਿੰਘ ਜੀ ਜੋ ਕੀਰਤਨੀਏ ਸਨ ਦਿੱਲੀ ਦੇ, ਉਹ ਸੁਜਾਨ ਸਿੰਘ ਜੀ ਵੀ ਬੜੇ ਠੁਮਰੀ ਅੰਗ ਦਾ ਕੀਰਤਨ ਕੀਤਾ ਉਹਨਾਂ ਨੇ। ਬੇਗਮ ਅਖਤਰ ਅਤੇ ਸੁਜਾਨ ਸਿੰਘ ਜੀ ਬੜੇ ਗੁਲਾਮ ਅਲੀ ਖਾਨ ਸਾਹਿਬ ਜੀ ਦੇ ਦੋਨੋਂ ਸ਼ਿਸ਼ ਸਨ, ਬੇਗਮ ਅਖਤਰ ਅਤੇ ਸੰਤ ਸੁਜਾਨ ਸਿੰਘ ਜੀ, ਅਤੇ ਬੜੇ ਗੁਲਾਮ